ਪੰਜਾਬ ਦੇ ਵਿੱਚ ਲੇਟ ਲਤੀਫ ਮੁਲਾਜ਼ਮਾਂ ਤੇ ਅਧਿਕਾਰੀਆਂ ਤੇ ਸੀਐਮ ਦੀ ਸਖਤੀ ਦੇ ਬਾਵਜੂਦ ਗੁਰਦਾਸਪੁਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਤੇ ਮੁਲਾਜ਼ਮ ਆਪਣੀ ਆਦਤ ਤੋਂ ਬਾਜ਼ ਨਹੀਂ ਆ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਟਾਈਮ ਸਿਰ ਦਫ਼ਤਰ ਪਹੁੰਚਣ ਦੇ ਆਦੇਸ਼ ਦਿੱਤੇ ਨੇ, ਜਿਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਇਸ ਕੜੀ ਵਿੱਚ ਏਡੀਸੀ ਗੁਰਦਾਸਪੁਰ ਜਗਵਿੰਦਰ ਸਿੰਘ ਸੰਧੂ ਨੇ ਸਿਵਲ ਹਸਪਤਾਲ ਵਿੱਚ ਦੌਰਾ ਕੀਤਾ ਤੇ ਜਿੱਥੇ ਸੀਐਮਓ ਸਮੇਤ 15 ਡਾਕਟਰ ਤੇ 89 ਕਰਮਚਾਰੀ ਗੈਰ ਹਾਜ਼ਰ ਸੀ, ਜਿਸ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ। ਜਿੱਥੇ ਕੁੱਲ 21 ਡਾਕਟਰ ਨੇ ਤੇ ਉਹਨਾਂ ਦੇ ਵਿੱਚੋਂ ਐਸਐਮਓ ਸਮੇਤ 15 ਡਾਕਟਰ ਗੈਰ ਹਾਜ਼ਰ ਪਾਏ ਗਏ ਨੇ ਤੇ ਕੁੱਲ 69 ਕਰਮਚਾਰੀ ਇਨਕਲੂਡਿੰਗ ਇਹ ਡਾਕਟਰ ਇੱਥੇ ਗੈਰ ਹਾਜ਼ਰ ਪਾਏ ਗਏ। ਡੀਸੀਟੀ ਸਾਹਿਬ ਦੇ ਵੱਲੋਂ ਜੋ ਹੈ ਚੈਕਿੰਗ ਹੋਈ ਹੈ ਆਪਣੀ ਹੈਲਥ ਡਿਪਾਰਟਮੈਂਟ ਦੀ ਸਾਰੇ ਪਾਸੇ, ਤਾਂ ਉਹਦੇ ਵਿੱਚ ਪਾਇਆ ਗਿਆ ਹੈ ਬਹੁਤ ਸਾਰੇ ਜੋ ਹੈ ਡਾਕਟਰਸ ਜੋ ਹੈ ਟਾਈਮ 'ਤੇ ਹਾਜ਼ਰ ਨਹੀਂ ਸੀਗੇ, ਤਾਂ ਇਹਨਾਂ ਵੱਲੋਂ ਜੋ ਵੀ ਹੈ ਜੋ ਰਿਪੋਰਟ ਆਈ ਹੈ ਇਹ ਆਪਾਂ ਇੱਕ ਵਰਸੋਂ ਕੋਈ ਨੋਟਿਸ ਕੱਢਾਂਗੇ ਉਹਨਾਂ ਨੂੰ, ਉਹਦਾ ਉਹਨਾਂ ਦਾ ਜਵਾਬ ਲੈ ਕੇ ਹੈਲਥ ਡਿਪਾਰਟਮੈਂਟ ਨੂੰ ਭੇਜ ਦਿੱਤਾ ਜਾਊਗਾ ਔਰ ਹੈਲਥ ਡਿਪਾਰਟਮੈਂਟ ਨੂੰ ਇਹ ਕਹਾ ਜਾਊਗਾ ਕਿ ਸਖਤ ਜੋ ਹੈ ਇਹਦੇ ਉੱਪਰ ਐਕਸ਼ਨ ਲੈ। ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਮਰੀਜ਼ ਹਾਲਾਤ ਬਿਹਤਰ ਹੋਣ ਦੀ ਉਮੀਦ ਕਰ ਰਹੇ ਨੇ। ਡੀਸੀ ਸਾਹਿਬ ਨੇ ਚੈਕਿੰਗ ਕੀਤੀ ਸਵੇਰੇ ਅਤੇ ਅੱਧੇ ਤੋਂ ਜ਼ਿਆਦਾ ਸਟਾਫ ਗਹਿਰਾ ਜਿਹਾ ਪਾਇਆ ਗਿਆ। ਅਸੀਂ ਚਾਹੁੰਦੇ ਹਾਂ ਵੀ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਵਾ ਲੋਕਾਂ ਨੂੰ ਰੋਜ਼ ਇੱਦਾਂ ਹੀ ਡੀਸੀ ਸਾਹਿਬ ਚੈੱਕ ਕਰਿਆ ਕਰਨ ਸਟਾਫ, ਅਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ। 100 ਬੈੱਡ ਵਾਲੇ ਗੁਰਦਾਸਪੁਰ ਦੇ ਇਸ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਪਣੇ ਇਲਾਜ ਦੇ ਲਈ ਆਉਂਦੇ ਨੇ, ਜਿਸ ਦਾ ਖਾਮਿਆਜ਼ਾ ਮਰੀਜ਼ਾਂ ਦੇ ਨਾਲ ਨਾਲ ਤਿਮਾਰਦਾਰਾਂ ਨੂੰ ਵੀ ਭੁਗਤਣਾ ਪੈਂਦਾ ਹੈ। ਅਜੇ ਮਹਾਜਨ, ਜ਼ੀ ਮੀਡੀਆ, ਗੁਰਦਾਸਪੁਰ।